ਹਾਂਜੀ ਸਟੂਡੈਂਟ ਜਿਵੇਂ ਕਿ ਤੁਹਾਨੂੰ ਇਹ ਨਿਊਜ਼ ਸਭ ਮਿਲ ਹੀ ਗਈ ਹੋਗੀ ਕਿ ਜਿਹੜੇ ਇੰਗਲਿਸ਼ ਕਲਾਸ ਵਾਲਿਆਂ ਦਾ ਪੇਪਰ ਹੈ ਉਹ ਜਿਹੜਾ ਕਿ ਪੋਸਟਪੋਨ ਹੋ ਚੁੱਕਿਆ ਹੈ ਸਿੱਖਿਆ ਬੋਰਡ ਵੱਲੋਂ ਅੱਜ ਹੀ ਹੋਣ ਵਾਲੀ ਜਿਹੜੀ ਕਿ ਅੰਗਰੇਜ਼ੀ ਜਰਨਲ ਇੰਗਲਿਸ਼ ਦਾ ਜਿਹੜਾ ਕਿ ਪੇਪਰ ਸੀਗਾ ਉਹ ਮੁਲਤਵੀ ਕਰ ਦਿੱਤਾ ਗਿਆ ਮਤਲਬ ਨਹੀਂ ਲਿਆ ਜਾਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈਸ ਨੋਟ ਜਾਰੀ ਹੋਇਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਮਿਤੀ 24 ਦੂ 2023 ਨੂੰ ਜਿਹੜਾ 12ਵੀਂ ਵਾਲਿਆਂ ਸ਼੍ਰੇਣੀ ਵਾਲਿਆਂ ਦੇ ਅੰਗਰੇਜ਼ੀ ਦਾ ਲਾਜ਼ਮੀ ਵਿਸ਼ੇ ਦੀ ਜਿਹੜੀ ਕਿ ਪ੍ਰੀਖਿਆ ਨੂੰ ਪ੍ਰਸ਼ਾਸਨਿਕਾ ਕਰਨਾ ਕਰਕੇ ਮਤ ਕਾਰਨਾ ਕਰਕੇ ਜਿਹੜਾ ਕਿ ਇੰਪੋਰਟੈਂਟ ਇਨਫੋਰਮੇਸ਼ਨ ਇਹ ਦੇਣਾ ਚਾਹੁੰਦੀ ਹੈ ਕਿ ਇਸ ਵੀਡੀਓ ਦੇ ਅੰਦਰ ਟੈਕਨੀਕਲ ਕਾਰਨਾ ਕਰਕੇ ਸਰਕਾਰ ਨੇ ਜਿਹੜਾ ਕਿ ਪੇਪਰ ਪੋਸਟਪੋਨ ਕਰਤਾ ਹੈ ਦੇ ਵਿਦਿਆਰਥੀਆਂ ਨੂੰ ਹੁਣ ਬਹੁਤ ਵੱਡਾ ਡਾਊਟ ਆ ਰਿਹਾ ਹੈ ਕਿ ਇਹ ਪੇਪਰ ਕਦੋਂ ਹੋਣਾ ਹੈ ਤਾਂ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਇਸ ਵੀਡੀਓ ਦੇ ਵਿੱਚ ਦੱਸੂਗੀ ਕਿ ਇਹ ਜਿਹੜਾ ਪੇਪਰ ਹੈ ਕਦੋਂ ਲਿਆ ਜਾਵੇਗਾ ਅਤੇ ਇਸ ਦੇ ਲਈ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਲਓ ਤਾਂ ਜੋ ਤੁਹਾਨੂੰ ਹਰ ਇੱਕ ਜਿਹੜੀ ਕੀ ਸੂਚਨਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਕੀ ਮਿਲੇ ਕਰੇ ਆਪਾਂ ਹੁਣ ਦੇਖਦੇ ਹਾਂ ਨੈਕਸਟ ਨਿਊਜ਼ ਕੀ ਹੈ ਜਿਹੜਾ ਕਿ ਇਹ ਕੇਂਦਰ ਸਰਕਾਰ ਜਿਹੜੇ ਕੰਟਰੋਲਰ ਨੂੰ ਅੰਗਰੇਜ਼ੀ ਵਿਸ਼ੇ ਦੇ ਪ੍ਰੀਸ਼ਨ ਪੱਤਰ ਦੇ ਪੈਕਟਾ ਸੰਬੰਧੀ ਵੀ ਜਿਹੜੀ ਕੀ ਹਦਾਇਤ ਦਿੰਦੀ ਕੀ ਸਕੂਲ ਸਮੂਹ ਸਿੱਖਿਆ ਬੋਰਡ ਅੱਜ ਮਿਤੀ ਦੇ ਜਿਹੜੇ ਅੰਗਰੇਜ਼ੀ ਪੇਪਰ ਦਾ ਹੋਣਾ ਸੀ ਪਰ ਪ੍ਰਬੰਧਕੀ ਕਾਰਨਾਂ ਕਰਕੇ ਹਾਲ ਕੜੀ ਉਹ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਅੰਗਰੇਜ਼ੀ ਵਿਸ਼ੇ ਦੇ ਜਿਹੜੇ ਪ੍ਰਸ਼ਨ ਪੱਤਰਾਂ ਦੇ ਪੈਕੇਟਾਂ ਨੂੰ ਨਾ ਖੋਲਿਆ ਜਾਵੇ ਜੇਕਰ ਕਿਸੇ ਪੈਕੇਟ ਖੋਲ੍ਹ ਲਿਆ ਜਾਂਦਾ ਤਾਂ ਤੁਰੰਤ ਕੰਟਰੋਲਰ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਲੋ ਉਹਨਾਂ ਦੇ ਈਮੇਲ ਕੰਟਰੋਲਰ psb@punjabgovt ਤੇ ਰਿਪੋਰਟ ਕੀਤੀ ਜਾਵੇ ਕਿ ਸਮੇਂ ਤੋਂ ਪਹਿਲਾਂ ਇਹ ਪੇਪਰ ਕਿਵੇਂ ਅਤੇ ਕਿਸੇ ਅਧਿਕਾਰੀ ਵਿੱਚ ਕਿੰਨੇ ਵਜੇ ਖੋਲ੍ਹਿਆ ਗਿਆ ਹੈ ਤੇ ਤੁਰੰਤ ਬੈਂਕ ਵਿੱਚ ਵਾਪਸ ਜਮਾ ਕਰਵਾਇਆ ਜਾਵੇਗਾ ਮਤਲਬ ਕਿ ਉਹਨਾਂ ਨੂੰ ਆਰਡਰ ਆਏ ਨੇ ਤੇ ਉਸ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਜਮਾਤ ਦੇ ਜਿਹੜੀ ਕਿ ਪ੍ਰੀਖਿਆ ਸੀਗੀ ਨੂਰਪੁਰ ਵੇਦੀ ਵਿਖੇ ਖਬਰ ਆ ਗਈ ਹੈ ਅਖਬਾਰ ਦੇ ਵਿੱਚ ਅਜੀਤ ਅਖਬਾਰ ਦੀ ਇਹ ਤਾਜ਼ਾ ਖਬਰ ਹੈ ਤੇ ਪੱਤਰ ਵਿੱਚ ਅੱਜ 12ਵੀਂ ਜਮਾਤ ਦਾ ਹੋਣ ਵਾਲਾ ਅੰਗਰੇਜ਼ੀ ਦਾ ਪ੍ਰੀਖਿਆ ਪ੍ਰੀਖਿਆ ਜਿਹੜੀ ਕਿ ਪ੍ਰਸ਼ਾਸਨਿਕ ਕਾਰਨਾ ਕਰਕੇ ਮੁਲਤਵੀ ਕੀਤਾ ਹੁਣ ਤੁਹਾਨੂੰ ਸਭ ਜਗ੍ਹਾ ਤੋਂ ਪਤਾ ਹੀ ਲੱਗ ਗਿਆ ਹੋਊਗਾ ਕਿ ਜਿਹੜੀ ਕਿ ਇਹ ਰੀਅਲ ਨਿਊਜ਼ ਹੈ ਜਿਹੜਾ ਕਿ ਤੁਹਾਡਾ ਪੇਪਰ ਹੈ ਪੋਸਟਪੋਨ ਕੀਤਾ ਕਰ ਦਿੱਤਾ ਜਾ ਰਿਹਾ ਸੋ ਸਟੂਡੈਂਟ ਤੁਸੀਂ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਓ ਹੁਣੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਹੈ ਤਾਂ ਜੋ ਤੁਹਾਨੂੰ ਇਹ ਸਭ ਤੋਂ ਪਹਿਲਾਂ ਨਿਊਜ਼ ਮਿਲੇ ਕਿ ਹੁਣ ਜਿਹੜਾ ਤੁਹਾਡਾ ਪੇਪਰ ਹੈ ਇਹ ਕਦੋਂ ਹੋਵੇਗਾ ਹੁਣ ਹਾਲ ਦੀ ਘੜੀ ਤੱਕ ਸਰਕਾਰ ਨੇ ਇਸ ਦੇ ਰਿਲੇਟਡ ਅਜੇ ਕੋਈ ਨਿਊਜ਼ ਨਹੀਂ ਦਿੱਤੀ ਕਿ ਇਹ ਪੇਪਰ ਕਦੋਂ ਲਿੱਤਾ ਜਾਵੇਗਾ ਮਤਲਬ 1-2 ਦਿਨ ਪਹਿਲਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਅਸ ਵਿੱਚ ਕੀਤਾ ਜਾਵੇ ਕਿਉਂਕਿ ਸਾਰੀ ਡੇਟ ਸੀਟ ਉਹਨਾਂ ਦਾ ਨਹੀਂ ਚੇਂਜ ਕਰਨੀ। ਇਹੀ ਪੇਪਰ ਲਾਸਟ ਵੀਕ ਵਿੱਚ ਲੈ ਲਿਆ ਜਾਵੇਗਾ। ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਹਰ ਤਰ੍ਹਾਂ ਪੀਐਸਸੀਬੀ ਦੇ ਬੋਰਡ ਦੇ ਰਿਲੇਟਡ, ਤੁਹਾਡੇ ਐਗਜ਼ਾਮ ਦੇ ਰਿਲੇਟਡ, ਓਪਨ ਸਕੂਲ ਸਿੱਖਿਆ ਦੇ ਰਿਲੇਟਡ ਜਿਹੜੇ ਵੀ ਨਿਊਜ਼ ਹੈਗੀ ਆ ਸਭ ਤੋਂ ਪਹਿਲਾਂ ਇਸ ਚੈਨਲ ਤੇ ਦਿੱਤੀ ਜਾਊਗੀ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਵਧੀਆ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ ਬੱਚੇ ਸਕੂਲ ਜਾ ਚੁੱਕੇ ਸੀਗੇ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੇ ਵਾਪਿਸ ਆਏ ਉਹ ਵੀ ਦੱਸਿਓ। ਠੀਕ ਹੈ। ਥੈਂਕ ਯੂ।